अच्छा फिर दूसरी तरफ से पकड़े तो मैं कला नहीं है तू कला कला नहीं बने काका दो ही होंगे तुझे पता नहीं अच्छा 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 वो जो समझा रही है हाँ अच्छा की दो हाथ होंगे लेकिन सॉफ्टली ऐसे पकड़े हाँ ऐसे फिर यूं पकड़े आराम नर वो की करना तू पे जी या मुंडे का याद दोस्त पिंडा च जाके कहना मैं मेहंदी सुना मैं मरिया नहीं मेरी मदद करो और एक दो बारी के अगले नहीं मन्ने मैं हट गया चाचा इन्हें तो हूं ही चल जाना तू कौमे च चला गया छोड़ दो सानू
ਇੰਨਾ ਹੀ ਕਹਿ ਦਿੰਦਾ ਅੱਬੂ ਓਏ ਬਾਹਰ ਨਿਕਲੋ ਘਟੀਆ ਲੋਕੋ ਸਲੀਲੋ ਮੈਨੂੰ ਸਲੀਲ ਕਰਵਾ ਦਿੱਤਾ ਪੂਰੀ ਬਰਾਤ ਵਿੱਚ ਉਹ ਤੁਹਾਨੂੰ ਸ਼ਰਮ ਨਹੀਂ ਆਈ ਓਏ ਮੈਂ ਸ਼ਾਦੀ ਹਾਲ ਦੇ ਵਿੱਚ ਆਪਣੀ ਕੁੜੀ ਲੈ ਕੇ ਬੈਠਾ ਤੁਹਾਡਾ ਮੈਂ ਇੰਤਜ਼ਾਰ ਕਰਨ ਡਿਆ ਉੱਥੇ ਮੈਂ ਇੰਜ ਕੁੜੀ ਨੂੰ ਲੈ ਕੇ ਬੈਠਾ ਜਿਵੇਂ ਕੁੜੀ ਦੀ ਸੇਲ ਲਾ ਕੇ ਬੈਠਾ ਹੁੰਦਾ ਉਹ ਤੁਹਾਨੂੰ ਸ਼ਰਮ ਨਹੀਂ ਆਈ ਸਾਰਾ ਜੀ ਓਏ ਜੱਬਾ ਸਾਰਾ ਜੀ ਸਲੀਲ ਕਰਵਾ ਦਿੱਤਾ ਉਹ ਤੂੰ ਪਰੇ ਆਟੋ ਚਲਾ ਉਤਰੋ ਉਤਰਿਆ ਤੁਹਾਨੂੰ ਇਹ ਨਹੀਂ ਪਤਾ ਮੈਨੂੰ ਸਲੀਲ ਕਰਵਾ ਦਿੱਤਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਲੋਕੀ ਮੈਨੂੰ ਕੀ ਕਰਨਗੇ ਯਾਰ ਉਹ ਤੈਨੂੰ ਹਟ ਜਾਣਾ ਓਏ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਕਿ ਇੱਕ ਬੰਦੇ ਨੇ ਆਪਣੀ ਧੀ ਦਾ ਰਿਸ਼ਤਾ ਤੁਹਾਨੂੰ ਦਿੱਤਾ ਉਹ ਸਲੀਲੋ ਮੈਨੂੰ ਸਲੀਲ ਕਰਾ ਦਿੱਤਾ ਓਏ ਤੂੰ ਕੌਣ ਹੈ ਬੇਤਹਾਸ਼ਾ ਇਨਸਾਨ ਕੌਣ ਹੈ ਤੂੰ ਓਏ ਕੌਣ ਹੈ ਤੂੰ ਓਏ ਜੰਮ ਕੇ ਮਾਂ ਦੇ ਧੂੰ ਕਢਾ ਦੇਣ ਵਾਲਿਆ ਓ ਕੌਣ ਹੈ ਇਹੋ ਜਿਹਾ ਬੱਚਾ ਹੋਂਡਿਆ ਹੋਵੇ ਮਸਜਿਦ ਵਿੱਚ ਐਲਾਨ ਹੋਂਡਿਆ ਹਜ਼ਰਤ ਹਲੇ ਮੁਬਾਰਕਾਂ ਦੇਣ ਆਉਣਾ ਹਲੇ ਬੱਚਾ ਹੋ ਹੀ ਜਾ ਰਿਹਾ ਹੈ ਹੋ ਹੀ ਜਾ ਰਿਹਾ ਹੈ ਹੋ ਹੀ ਜਾ ਰਿਹਾ ਤੈਨੂੰ ਕਮੀਜ਼ ਨਹੀਂ ਚਾਹੀਦਾ ਜੰਮਣੀਆ